ਇਸ ਲਈ ਇਹ ਮੈਂ ਅੱਜ ਆਪਣਾ ਜਿਹੜਾ ਮੇਨ ਟੌਪਿਕ ਸੀ ਇਹੀ ਸੀਗਾ ਮੇਰੇ ਬੱਕਰੀਪਾਲ ਕਬੀਰਾਂ ਦੇ ਲਈ। ਜਦੋਂ ਵੀ ਉਹਨਾਂ ਨੇ ਕੰਮ ਕਰਨਾ ਉਹਨੂੰ ਪਹਿਲਾਂ ਇਹ ਦਿਮਾਗ ਦੇ ਵਿੱਚ ਸੋਚਣਾ ਪਊਗਾ ਵੀ ਅਸੀਂ ਕਿਹੜੀ ਯੂਨਿਟ 'ਤੇ ਕੰਮ ਕਰੀਏ। ਠੀਕ ਹੈ, ਆਪਾਂ ਉਸ ਦੇ ਵਿੱਚੋਂ ਹੀ ਇਹਨਾਂ ਨੂੰ ਆਪਾਂ ਕੱਢਣ ਦੇ ਲਈ ਅਜੇ ਮਤਲਬ ਜਿਹੜੀ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਵੀ ਛੋਟੀ ਬਰੀਡ ਕਿਹੜੀ ਹੁੰਦੀ ਹੈ ਅਤੇ ਵੱਡੀ ਕਿਹੜੀ ਹੁੰਦੀ ਆ, ਇਹ ਛੋਟੀ ਅਤੇ ਵੱਡੀ ਬਰੀਡ ਦਾ ਅੰਤਰ ਦੱਸਿਆ ਅਤੇ ਕਿੰਨੇ ਉਹ ਬੱਚੇ ਦੇਊਗੀ ਅਤੇ ਕਿੰਨੀ ਕੁ ਤੁਹਾਨੂੰ ਤਾਂ ਕਮਾਈ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਨਵੀਂ ਵੀਡੀਓ ਵਿੱਚ ਸਾਰੇ ਵੀਰ ਭੈਣ ਭਰਾਵਾਂ ਦਾ ਸਵਾਗਤ ਆ ਜਿਹੜੇ ਕਿ ਆਪਣੀਆਂ ਵੀਡੀਓ ਦੇਖਦੇ ਆ ਅਤੇ ਲਾਇਕ ਸ਼ੇਅਰ ਕਰਦੇ ਅੱਗੇ ਸਾਰੇ ਵੀਰਾਂ ਦਾ ਧੰਨਵਾਦ। ਅੱਜ ਬਈ ਆਪਾਂ ਮਾਨ ਕਮਰਸ਼ੀਅਲ ਗੋਟ ਫਾਰਮ ਪਿੰਡ ਬੁਰਜਹਰੀ ਦੇ ਵਿੱਚ ਬੈਠੇ ਹਾਂ ਅਤੇ ਮਾਸਟਰ ਗੁਰਜੀਤ ਸਿੰਘ ਜੀ ਆਪਣੇ ਨਾਲ ਨੇ। ਇਹਨਾਂ ਦਾ ਬੱਕਰੀ ਪਾਲਣ ਦੇ ਵਿੱਚ ਬਹੁਤ ਵੱਡਾ ਤਜਰਬਾ ਅਤੇ ਇਹ ਆਪਦੇ ਫਾਰਮ 'ਤੇ ਮਿੰਨੀ ਟ੍ਰੇਨਿੰਗ ਕਹਿ ਲਓ ਜਾਂ ਇੱਕ ਰੋਜ਼ਾ ਵਰਕਸ਼ਾਪ ਕਹਿ ਲਓ ਉਹ ਵੀ ਦਿਨ ਐਤਵਾਰ ਨੂੰ ਇਹ ਇੱਥੇ ਮੁਹੱਈਆ ਕਰਵਾਉਂਦੇ ਆ ਅਤੇ ਵੀਰ ਦੂਰੋਂ ਨੇੜੋਂ ਇਹਨਾਂ ਲਵੇ ਇਹ ਟ੍ਰੇਨਿੰਗ ਲੈਣ ਆਉਂਦੇ ਆ ਹਰ ਐਤਵਾਰ। ਅਤੇ ਹੁਣ ਆਪਾਂ ਜਿਹੜੀ ਅੱਜ ਗੱਲਬਾਤ ਕਰਨੀ ਆ ਉਹ ਹੈਗੀ ਆ ਵੀ ਕਈ ਵੀਰ ਨਾ ਮੈਨੂੰ ਵੀ ਕਮੈਂਟ ਕਰਦੇ ਆ ਜਾਂ ਪਰਸਨਲੀ ਪੁੱਛਦੇ ਆ ਵੀ ਬਈ ਕਿਹੜੀ ਬਰੀਡ 'ਤੇ ਕੰਮ ਕਰਨਾ ਚਾਹੀਦਾ, ਛੋਟੀ ਬਰੀਡ 'ਤੇ ਜਾਂ ਵੱਡੀ ਬਰੀਡ 'ਤੇ, ਇਹ ਛੋਟੀ ਬਰੀਡ ਅਤੇ ਵੱਡੀ ਬਰੀਡ ਕੀ ਆ ਇਹ ਆਪਾਂ ਮਾਸਟਰ ਜੀ ਤੋਂ ਪੁੱਛਾਂਗੇ। ਇਹਦੇ ਬਾਬਤ ਅੱਜ ਸਾਰੀ ਗੱਲਬਾਤ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਅਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਹੁਣ ਤੋਂ ਹੀ ਕਰ ਦਿਓ ਤਾਂ ਜੋ ਹੋਰ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਅਤੇ ਮਾਸਟਰ ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਾਂਜੀ, ਪਹਿਲਾਂ ਤਾਂ ਬਾਈ ਜੀ ਤੁਹਾਡਾ ਬਲੈਤੀ ਟੀ ਵੀ ਜੀ ਅਸੀਂ ਜੀ ਐਂ ਕਹਿੰਦੇ ਫਾਰਮ 'ਤੇ ਪਹੁੰਚਣ ਲਈ, ਕਿਉਂਕਿ ਤੁਸੀਂ ਜਿਹੜੀ ਜਾਣਕਾਰੀ ਹੈ ਇੱਕ ਚੰਗੀ ਜਾਣਕਾਰੀ ਹੈ ਬੱਕਰੀ ਪਾਲਕ ਵੀਰਾਂ ਦੇ ਲਈ ਮੁਹੱਈਆ ਕਰਵਾਉਂਦੇ ਰਹਿੰਦੇ ਹੋ ਅਤੇ ਬਹੁਤ ਵਧੀਆ ਤੁਹਾਡਾ ਯੋਗਦਾਨ ਆ ਬੱਕਰੀ ਪਾਲਣ ਕਿੱਤੇ ਦੇ ਲਈ ਪ੍ਰਮੋਟ ਕਰਨ ਦੇ ਲਈ ਆਪਾਂ ਕਹਿ ਦਈਏ। ਅਤੇ ਅਸੀਂ ਅੱਜ ਤੁਹਾਨੂੰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕਿਸਾਨ ਵੀਰਾਂ ਦੇ ਲਈ ਬੱਕਰੀ ਪਾਲਕ ਵੀਰਾਂ ਜਾਂ ਨੌਜਵਾਨਾਂ ਦੇ ਲਈ ਆਪਾਂ ਵੀ ਕਿਹੜੀ ਬਰੀਡ 'ਤੇ ਕੰਮ ਕਰੀਏ, ਇਹ ਤੁਸੀਂ ਸੀਗਾ ਇਹਦੇ ਵਿੱਚ ਬਲੈਤੀ ਜੀ ਬਾਈ ਜੀ ਗੱਲਾਂ ਇਹ ਨੇਗੀਆਂ। ਇੱਕ ਤਾਂ ਆਪਾਂ ਛੋਟੀ ਬਰੀਡ ਕਹਿ ਦਿੰਦੇ ਹਾਂ, ਹਾਂਜੀ, ਇੱਕ ਆ ਜਿਹਦੇ ਵੱਡੀ ਬਰੀਡ, ਠੀਕ ਹੈ, ਠੀਕ ਆ। ਤਾਂ ਜਿਹੜੀ ਵੱਡੀ ਬਰੀਡ ਆ ਉਹਦੇ ਵਿੱਚ ਜਿਵੇਂ ਕਿ ਆਪਾਂ ਬੀਟਲ ਦਾ ਨਾਂ ਲੈਂਦੇ ਹਾਂ ਪਹਿਲੇ ਨੰਬਰ 'ਤੇ, ਠੀਕ ਆ, ਦੂਜੇ ਨੰਬਰ 'ਤੇ ਆ ਜਿਵੇਂ ਸਰੋਹੀ ਆ ਜਾਂਦੀ ਆ, ਠੀਕ ਆ ਜੀ, ਉਦੋਂ ਬਾਅਦ ਆ ਜਾਂਦੀ ਆਪਣੀ ਜਮਨਾਪਰੀ ਆ ਜਾਂਦੀ ਆ, ਜਮਨਾ, ਇਹ ਵੱਡੀਆਂ ਬਰੀਡ ਨੇਗੀਆਂ, ਠੀਕ ਹੈ, ਜਿਨ੍ਹਾਂ ਦੇ ਆਪਾਂ ਹਾਈਟ ਚੰਗੀ ਹੁੰਦੀ ਹੈ ਜਿਹਨਾਂ ਕਹਿ ਦਈਏ, ਠੀਕ ਹੈ, ਦੁੱਧ ਦੀ ਜੇ ਸਮਤਾ ਕਹਿ ਦਈਏ ਆਪਾਂ, ਜਿਹਦੇ ਵਿੱਚ ਜਖਰਾਣਾ ਵੀ ਆ ਜਾਂਦੀ ਆ, ਜਖਰਾਣਾ, ਜਖਰਾਣਾ ਵੀ ਦੁੱਧ ਭਰ ਪਜਲਾ ਚੰਗੀ ਬੱਕਰੀ ਹੈਗੀ। ਸੋ ਇਹ ਸਾਰੀਆਂ ਮੰਨ ਕੇ ਚਲੋ ਵੀ 3-4 ਲੀਟਰ ਦੁੱਧ ਦੇਣ ਵਾਲੀ ਸਮਤਾ ਰੱਖਦੀਆਂ ਨੇ ਬੱਕਰੀਆਂ, ਠੀਕ ਹੈ, ਜੇ ਆਪਾਂ ਗੱਲ ਕਰੀਏ। ਉਦੋਂ ਬਾਅਦ ਛੋਟੀ ਬਰੀਡ ਦੇ ਵਿੱਚ ਜਿਵੇਂ ਆ ਜਾਂਦੀ ਆ ਆਪਣੀ ਅਸਮਾਨਾਬਾਦੀ, ਬਰਬਰੀ ਅਤੇ ਬਲੈਕ ਬੰਗਾਲ, ਬਲੈਕ ਬੰਗਾਲ ਆ ਜਾਂਦੀ ਹੈ ਨਾ, ਬਰਬਰੀ ਆ ਜਾਂਦੀ ਹੈ, ਇਹ ਕੀ ਆ ਛੋਟੀ ਬਰੀਡ ਆ, 3-4 ਨਸਲਾਂ ਆ ਜਾਂਦੀਆਂ ਨੇ। ਹਾਂ, ਕਈ ਨਸਲਾਂ ਬਹੁਤ ਨੇ, ਜੇ ਆਪਾਂ ਗੱਲ ਕਰੀਏ ਤਾਂ 32 ਰਜਿਸਟਰ ਬਰੀਡ ਨੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ, ਠੀਕ ਆ, ਕਾਫੀ ਨੇਗੀਆਂ। ਅਤੇ ਜੇ 65 ਦੀ ਗੱਲ ਕਰੀਏ ਉਹ ਘੱਟੋ ਘੱਟ ਆਪਣੇ ਕੋਲ ਮੰਨ ਕੇ ਲਓ 6-7 ਬਰੀਡ ਹੈਗੀਆਂ ਨੇਗੀਆਂ, ਠੀਕ ਆ। ਅਤੇ ਇਸ ਕਰਕੇ ਇਹ ਤਾਂ ਮਤਲਬ ਕਈ ਕਈ ਛੋਟੀਆਂ ਬਰੀਡਾਂ ਦੀ ਆਪਾਂ ਗੱਲ ਕੀਤੀ ਆ ਜਿਨ੍ਹਾਂ ਦੀ ਕਿ ਆਪਾਂ ਕੰਮ ਕਰਨ ਵਾਲੇ ਸੋਚ ਸਕਦੇ ਹਾਂ, ਠੀਕ ਹੈ। ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਛੋਟੀ ਬਰੀਡ ਆ ਇਹ ਆਪਾਂ ਨੂੰ 1 ਸਾਲ ਜਾਂ 2 ਸਾਲ 'ਚ ਕਿੰਨੇ ਬੱਚੇ ਦੇ ਸਕਦੀ ਹੈ, ਕਿਉਂਕਿ ਜੇਕਰ ਆਪਾਂ ਨੂੰ ਬੱਚਿਆਂ ਦੀ ਗਿਣਤੀ ਬਾਰੇ ਪਤਾ ਹੋਊਗੀ ਫਿਰ ਆਪਾਂ ਨੂੰ ਪਤਾ ਲੱਗ ਜਾਵੇ ਜੀ ਆਪਾਂ ਨੂੰ ਇੰਨਾ ਪ੍ਰੋਫਿਟ ਆਊਗਾ। ਮੈਂ ਮੇਰੇ ਵੀਰਾਂ ਨੂੰ ਇਹੀ ਕਹਿਣਾ ਵੀ ਜੇਕਰ ਕਿਸੇ ਨੇ ਦੁੱਧ ਪਰਪਜ ਦੇ ਲਈ ਕੰਮ ਕਰਨਾ ਤਾਂ ਉਹ ਜਿਵੇਂ ਸਰੋਹੀ ਹੋ ਗਈ, ਜਖਰਾਣਾ ਹੋ ਗਈ, ਬੀਟਲ ਹੋ ਗਈ, ਜਮਨਾਪਰੀ ਹੋ ਗਈ, ਇਹ ਦੁੱਧ ਵਾਲੀਆਂ ਬੱਕਰੀਆਂ ਚੰਗੀਆਂ ਨੇ, ਵੱਡੀ ਬਰੀਡ, ਵੱਡੀ ਬਰੀਡ ਇਹ ਵੀ ਜਿਸ ਨੇ ਕਿਸੇ ਨੇ ਦੁੱਧ ਵੀ ਦੁੱਧ ਵੇਚਾਂਗੇ ਆਪਾਂ ਕਮਾਈ ਕਰਾਂ ਦੁੱਧ, ਹੈ ਨਾ, ਸਹੀ ਗੱਲ ਕੋਈ, ਹੈ ਨਾ। ਅਤੇ ਜੇਕਰ ਤੁਸੀਂ ਇਕੱਲੀ ਮੀਟ ਪਰਪਜ ਲਈ ਜਾਣਾ ਵੀ ਅਸੀਂ ਤਾਂ ਮੀਟ 'ਤੇ ਕੰਮ ਕਰਨਾ ਗਾ ਵੀ ਅਸੀਂ ਦੁੱਧ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਗੀ, ਫਿਰ ਤੁਸੀਂ ਛੋਟੀ ਬਰੀਡ 'ਤੇ ਜਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਆਉਂਦੀ ਹੈ, ਠੀਕ ਹੈ।
ਬੱਚਿਆਂ ਦੀ ਗਿਣਤੀ ਜ਼ਿਆਦਾ ਆਉਂਦੀ ਹੈ। ਮੈਂ ਤੁਹਾਨੂੰ ਦੱਸੂਗਾ ਵੀ ਜਿਹੜੀਆਂ ਵੱਡੀਆਂ ਬਰੀਡ ਨੇ ਉਹ ਕਿੰਨੇ ਬੱਚੇ ਦਿੰਦੀਆਂ ਨੇ ਆਪਾਂ ਨੂੰ, ਜਿਹੜੀਆਂ ਛੋਟੀਆਂ ਬਰੀਡ ਨੇ ਉਹ ਕਿੰਨੇ ਬੱਚੇ ਦਿੰਦੀਆਂ ਨੇ ਆਪਾਂ ਨੂੰ, ਤੁਸੀਂ ਫਿਰ ਆਪੇ ਅੰਦਾਜ਼ਾ ਲਾ ਲਓਗੇ ਵੀ ਜੇ ਛੋਟੀ ਬਰੀਡ ਉਹ ਇੰਨੇ ਬੱਚੇ ਦਿੰਦੀ ਹੈ ਆਪਾਂ ਨੂੰ ਤਾਂ ਆਪਾਂ ਨੂੰ ਮਤਲਬ ਮਾਸ ਤੋਂ ਕਮਾਈ ਚੰਗੀ ਹੋ ਸਕਦੀ ਹੈ। ਠੀਕ ਆ, ਜੇ ਵੱਡੀ ਬਰੀਡ 'ਤੇ ਜਾਵਾਂਗੇ ਉਹ ਬੱਚੇ ਆਪਾਂ ਨੂੰ ਘੱਟ ਦਿੰਦੀਆਂ ਨੇਗੀਆਂ, ਤਾਂ ਫਿਰ ਆਪਾਂ ਮਤਲਬ ਉਹਦੇ ਵਿੱਚ ਜੇ ਆਪਾਂ ਕਰੀਏ ਮਾਸ ਦੇ ਵਿੱਚ ਜਾਵਾਂਗੇ ਆਪਾਂ ਵੇਚਣ ਦੇ ਵਿੱਚ ਤਾਂ ਉਹਦੇ ਵਿੱਚ ਥੋੜ੍ਹੀ ਸਮੱਸਿਆ ਆਉਂਦੀ ਹੈ। ਠੀਕ ਹੈ, ਤਾਂ ਇਸ ਲਈ ਦੋਵਾਂ ਬਰੀਡ ਦੇ ਵਿੱਚ ਫਰਕ ਹੈਗਾ, ਤੁਹਾਨੂੰ ਮੈਂ ਬਿਲਕੁਲ ਬਲੈਕ ਬੋਰਡ 'ਤੇ ਲਿਖ ਕੇ ਸਮਝਾਊਂਗਾ ਇਕੱਲੀ ਇਕੱਲੀ ਗੱਲ ਵੀ ਆਪਾਂ ਵੱਡੀ ਬਰੀਡ ਬਾਰੇ ਵੀ ਔਰ ਛੋਟੀ ਬਰੀਡ ਬਾਰੇ ਵੀ ਤੇ ਇਹਨਾਂ ਦੀ ਕਮਾਈ ਬਾਰੇ ਵੀ, ਹੈ ਨਾ। ਤੇ ਹਾਂ, ਕਮਾਈ ਕਮਾਈ ਦਾ ਪਤਾ ਲੱਗ ਜਾਣਾ ਜਦੋਂ ਤੁਹਾਨੂੰ ਮਤਲਬ ਬੱਚਿਆਂ ਦੀ ਗਿਣਤੀ ਆ ਗਈ ਤਾਂ ਉਹ ਆਪਾਂ ਨੂੰ ਪਤਾ ਲੱਗ ਜਾਵੇ ਵੀ ਇੰਨੀ ਕਮਾਈ ਹੋਊਗੀ ਆਪਾਂ ਨੂੰ। ਠੀਕ ਹੈ, ਠੀਕ ਆ, ਉਹ ਵੀ ਪਤਾ ਲੱਗ ਜਾਣਾ ਆਪਾਂ ਨੂੰ। ਤੇ ਹੁਣ ਆਪਾਂ ਚੱਲਦੇ ਹਾਂਗੇ, ਤੁਹਾਨੂੰ ਅੱਗੇ ਜਿਹੜੀ ਮਤਲਬ ਗੱਲਬਾਤ ਆ ਗਈ ਉਹ ਸ਼ੁਰੂ ਕਰਦੇ ਹਾਂਗੇ। ਇੱਕ ਗੱਲ ਇਹਦੇ ਵਿੱਚ ਹੋਰ ਆ ਜਾਂਦੀ ਹੈ, ਜਿਵੇਂ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ, ਠੀਕ ਆ, ਐਗਜ਼ਾਮਪਲ ਜਿਹੜੀ ਵੀ ਆਪਾਂ ਗੱਲ ਕਰਾਂਗੇ ਇੱਥੇ, ਠੀਕ ਆ, ਮਤਲਬ ਉਹ ਵਿਗਿਆਨਕ ਤੌਰ 'ਤੇ ਕਰਾਂਗੇ, ਕੋਈ ਇਹ ਨਹੀਂ ਗੀ ਮਨਘੜਤ ਤਰੀਕੇ ਨਾਲ ਕਰਾਂਗੇ। ਠੀਕ ਆ, ਠੀਕ ਆ, ਜੇ ਫਰਜ਼ ਕਰੋ ਆਪਾਂ ਵੀ 100 ਬੱਕਰੀ ਦੀ ਮੰਨ ਲਓ ਆਪਾਂ ਗੋਟ ਦੀ, ਠੀਕ ਆ ਜੀ, 100 ਗੋਟ ਦੀ ਮਤਲਬ 100 ਬੱਕਰੀ ਦੀ ਆਪਾਂ ਗੱਲ ਕਰੀਏ, ਆਪਾਂ ਫਾਰਮ ਪਾਉਣਾ ਚਾਹੁੰਦੇ ਹਾਂ ਆਪਣਾ, ਮਤਲਬ ਇਹ ਕਮਰਸ਼ੀਅਲ ਲੈਵਲ। ਠੀਕ ਹੈ, ਜੇ ਆਪਾਂ ਕਮਰਸ਼ੀਅਲ ਦੀ ਗੱਲ ਕਰੀਏ 50 ਘੱਟੋ ਘੱਟ 100 ਬੱਕਰੀ ਤਾਂ ਆਪਾਂ ਕਮਰਸ਼ੀਅਲ ਕਹਿੰਦੇ ਹਾਂ ਇਹਨੂੰ ਆਪਾਂ। ਠੀਕ ਹੈ, ਅਤੇ ਜੇਕਰ ਆਪਣੇ ਕੋਲ ਉਦੋਂ ਘੱਟ ਬੱਕਰੀ ਆਪਾਂ ਨੂੰ ਕਮਰਸ਼ੀਅਲ ਲੈਵਲ 'ਤੇ ਨਹੀਂ ਕਹਿ ਸਕਦੇ, ਠੀਕ ਆ, 50-100 ਬੰਦਾ ਜਿਹੜਾ ਮੈਂ ਕੰਮ ਕਰਦਾ 100-200 ਉਦੋਂ ਵੱਧ ਕਿੱਥੇ ਵੀ ਜਾ ਸਕਦਾ। ਠੀਕ ਹੈ ਜੀ, ਤਾਂ ਇਸ ਲਈ ਉਹ ਕਮਰਸ਼ੀਅਲ ਦੀ ਆਪਾਂ ਗੱਲ ਕਰਨ ਲੱਗੇ ਜਿਹੜੀ 100 ਬੱਕਰੀ ਕਰਨ ਲੱਗੇ। ਠੀਕ ਆ, ਇਹਦੇ ਵਿੱਚ ਕੀ ਹੁੰਦਾ ਬਾਈ ਜੀ, ਜੇ ਆਪਾਂ ਗੱਲ ਕਰੀਏ ਹੁਣ ਫਰਜ਼ ਕਰੋ 100x ਗਰੁੱਪ ਮਤਲਬ ਆਪਾਂ ਬੱਕਰੀ ਜਿਹੜੀ ਉਹ ਗਰੁੱਪ ਦੇ ਆਹ ਮਤਲਬ ਪਾ ਲਈ, ਠੀਕ ਹੈ, ਕਦੇ ਵਾਸਤੇ ਵੀ 100% ਕੋਈ ਵੀ ਸਕਸੈਸ ਨਹੀਂ ਹੁੰਦਾ, ਇਹ ਆਪਾਂ ਨੂੰ ਪਤਾ ਗਾ। ਜੇ ਆਪਾਂ ਪੜ੍ਹਦੇ ਹਾਂਗੇ ਉਹਦੇ ਵਿੱਚ ਇਹ ਨਹੀਂ ਗਾ ਵੀ 100 ਚੋਂ 100 ਨੰਬਰ ਹੀ ਆਪਾਂ ਨੂੰ ਆਉਣਗੇ। ਸਹੀ ਗੱਲ ਆ, ਕੁਛ ਨਾ ਕੁਛ ਤਾਂ ਘਟੂਗੀ, ਘਟੂਗਾ, ਠੀਕ ਆ। ਤਾਂ ਇਸ ਕਰਕੇ ਬੱਕਰੀਆਂ ਦੇ ਵਿੱਚ ਵੀ ਇਹੀ ਹੈ, ਜੇ ਆਪਾਂ 100 ਬੱਕਰੀ ਤੋਂ ਸ਼ੁਰੂ ਕਰਦੇ ਹਾਂ ਤਾਂ 10% ਇਹਦੇ ਵਿੱਚੋਂ ਬੱਕਰੀਆਂ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਹੜੀਆਂ ਕਿ ਉਹ ਨਹੀਂ ਸੂੰਦੀਆਂ। ਸਹੀ ਗੱਲ ਆ, ਜਦੋਂ ਮਤਲਬ ਤੁਸੀਂ ਸ਼ੁਰੂ ਕਰੋਗੇ 100 ਬੱਕਰੀ ਆਪਾਂ ਇਹ ਮੰਨ ਕੇ ਚੱਲਣਾ, ਕਿਉਂਕਿ ਜੇ ਆਪਾਂ ਕਹਿੰਦੇ 100 ਹੀ ਸੂਣਗੀਆਂ ਫਿਰ ਤਾਂ ਵਿੱਚੋਂ ਕੋਈ ਲੋਸ ਤਾਂ ਹੋਈ ਨਹੀਂ ਆਪਾਂ ਨੂੰ, ਫਿਰ ਆਪਾਂ ਤਾਂ ਜ਼ਿਆਦਾ ਪ੍ਰੋਫਿਟ ਆਜੂ ਆਪਾਂ ਨੂੰ ਤਾਂ। ਇਸ ਕਰਕੇ ਆਪਾਂ ਸੋਚਣਾ ਗਾ ਵੀ ਆਪਾਂ ਜੇ 100 ਬੱਕਰੀ ਪਾਉਣੇ ਆ ਤਾਂ ਮੰਨ ਕੇ ਚੱਲੋ ਵੀ 10% ਇਹਦੇ ਵਿੱਚੋਂ ਬੱਕਰੀਆਂ ਨਹੀਂ ਸੂਣੀਆਂ। ਠੀਕ ਹੈ, ਠੀਕ ਆ, ਤਾਂ ਕਿੰਨੀਆਂ ਮਤਲਬ ਆਪਣੀ ਬੱਕਰੀਆਂ ਕਹਿ ਸਕਦੇ ਹਾਂ 90 ਜਿਹੜੀਆਂ ਮਤਲਬ ਆਪਣੇ ਕੋਲ ਬੱਕਰੀਆਂ ਨੇਗੀਆਂ ਉਹ ਆਪਾਂ ਨੂੰ ਬੱਚੇ ਦੇਣਗੀਆਂ, ਆਪਾਂ ਇਹ ਮੰਨ ਕੇ ਚੱਲਣਾ ਗਾ। ਠੀਕ ਹੈ, ਠੀਕ ਆ, ਜੇ ਤੁਸੀਂ 100 ਮੰਨ ਲਿਆ ਫਿਰ ਮਤਲਬ ਆਪਾਂ ਸਹੀ ਨਹੀਂ, ਕਰਕੇ ਕਦੇ ਵੀ ਤੁਸੀਂ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹੋ ਇਹ ਮੰਨ ਕੇ ਚੱਲੋ ਵੀ 10% ਉਹਦੇ ਵਿੱਚੋਂ ਨੁਕਸਾਨ ਹੋਊਗਾ ਜਾਂ ਉਹ ਨਹੀਂ ਸੁਣਦੀਆਂ। ਸੁਣਦੀਆਂ ਕਿਉਂ ਨਹੀਂ, ਉਹਨੇ ਬੱਚੇਦਾਨੀ ਦੇ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ, ਠੀਕ ਆ, ਅਤੇ ਕੋਈ ਵੀ ਸਮੱਸਿਆ ਕਰਕੇ ਉਹ ਬੱਕਰੀਆਂ ਨਹੀਂ ਸੂਰੀਆਂ, ਇਸ ਕਰਕੇ ਆਪਾਂ 90 ਬੱਕਰੀਆਂ ਦੀ ਹੀ ਕਮਾਈ ਲਾਵਾਂਗੇ। ਠੀਕ, ਠੀਕ ਆ ਜੀ, ਕਲੀਅਰ ਹੋ ਗਿਆ। ਹੁਣ ਜਿਹੜੀਆਂ ਇਹ ਵੱਡੀ ਬਰੀਡ ਆ, 2 ਤਰ੍ਹਾਂ ਦੀ ਬਰੀਡ ਹੁੰਦੀ ਆ, ਇਹ ਮੈਂ ਤੁਹਾਨੂੰ ਦੁਬਾਰਾ ਦੱਸ ਦਾਂਗਾ। ਹੁਣ ਆਪਾਂ ਜਿਹੜੀ ਗੱਲ ਕੀਤੀ ਹੈਗੀ ਇਹ 2 ਦੀ ਗੱਲ ਕਰਾਂਗੇ ਇੱਥੇ, ਇੱਧਰਲੇ ਪਾਸੇ ਆਪਾਂ ਲਿਖ ਦਿੰਦੇ ਹਾਂਗੇ ਵੱਡੀ ਬਰੀਡ, ਠੀਕ ਹੈ ਜੀ, ਵੱਡੀ ਬਰੀਡ ਆ ਗਈ, ਠੀਕ ਆ, ਠੀਕ ਹੈ ਜੀ। ਇੱਧਰ ਲਿਖ ਦਿੰਦੇ ਆਪਾਂ ਛੋਟੀ ਬਰੀਡ, ਇੱਧਰ ਛੋਟੀ ਲਿਖ ਦਿੰਦੇ, ਛੋਟੀ ਬਰੀਡ ਆ ਗਈ, ਠੀਕ ਆ, ਤੇ ਉਹਨਾਂ ਦੇ ਨਾਮ ਵੀ ਲਿਖ ਦਿੰਦੇ। ਹਾਂ, ਇੱਧਰ ਜਿਵੇਂ ਆਪਾਂ ਗੱਲ ਕਰੀ ਸੀ ਬੀਟਲ, ਠੀਕ ਹੈ ਜੀ, ਬੀਟਲ, ਸਰੋਹੀ, ਜਖਰਾਣਾ, ਠੀਕ ਹੈ ਜੀ, ਜਖਰਾਣਾ, ਅਤੇ ਅੱਗੇ ਅਸੀਂ ਜਮਨਾਪੁਰੀ। ਇਹ ਵੱਡੀ ਬੱਕਰੀਆਂ ਨੇ ਜੇ ਦੁੱਧ ਵਾਲੀਆਂ ਆਪਾਂ ਕਹਿ ਸਕਦੇ ਹਾਂ, ਪੰਜਾਬ 'ਚ ਜ਼ਿਆਦਾਤਰ ਤਾਂ ਬੀਟਲ ਨੂੰ ਜਾਣਦੇ ਆ ਨਾ। ਹਾਂ, 3 ਤੋਂ ਮੰਨ ਲਓ 4 ਲੀਟਰ ਦੀ ਇਹ ਦੁੱਧ ਦੇਣ ਦੀ ਸਮਤਾ ਇਹਨਾਂ ਦੀ ਹੈਗੀ ਆ, 3 ਤੋਂ 4 ਲੀਟਰ ਇਹ ਵੱਡੀਆਂ ਬੱਕਰੀਆਂ ਦੀ। ਜੇ ਆਪਾਂ ਛੋਟੀ ਬਰੀਡ ਦੀ ਗੱਲ ਕਰੀਏ ਜਿਵੇਂ ਬਰਬਰੀ ਆ ਗਈ, ਠੀਕ ਆ, ਆਪਣਾ ਆ ਗਈ ਉਹ ਬੰਗਾਲ ਆ ਗਈ, ਬਲੈਕ ਬੰਗਾਲ, ਇੱਕ ਇਹਦੇ ਵਿੱਚ ਆ ਜਾਂਦੀ ਆਪਣੀ ਉਹ ਅਸਮਾਨਾਬਾਦੀ।
ਅਸਮਾਨਾਬਾਦੀ, ਠੀਕ ਆ। ਇਹ ਮਤਲਬ ਕਿ ਚਲੋ ਜਿਹੜੀਆਂ ਬ੍ਰੀਡਾਂ 'ਚ ਹੋਰ ਵੀ ਕਾਫੀ ਨੇਗੀਆਂ, ਆਪਾਂ ਜ਼ਿਆਦਾ ਬੋਲਾਂਗੇ ਤਾਂ ਟਾਈਮ ਬਹੁਤ ਲੱਗ ਜਾਂਦਾ ਗਾ, ਇਸ ਲਈ ਆਪਾਂ ਜੇ ਗੱਲ ਕਰਦੇ ਹਾਂ ਹੁਣ ਆਪਾਂ ਗੱਲ ਕਰਨ ਲੱਗੇ ਵੱਡੀ ਬ੍ਰੀਡ ਦੀ ਪਹਿਲਾਂ, ਠੀਕ ਹੈ, ਠੀਕ ਆ। ਵੱਡੀ ਬ੍ਰੀਡ ਤੁਹਾਨੂੰ ਕਿੰਨੇ ਮਤਲਬ ਬੱਚੇ ਦੇ ਸਕਦੀ ਹੈ ਸਾਲ ਦੋ ਸਾਲ ਦੇ ਵਿੱਚ? ਤਾਂ ਆਪਾਂ ਮੰਨ ਕੇ ਚੱਲਦੇ ਹਾਂ 90, 90 ਬੱਕਰੀਆਂ ਤੁਹਾਡੀਆਂ ਨੇ ਜਿਹੜੀਆਂ ਹੈਗੇ ਸੂਈਆਂ ਨੇਗੀਆਂ, ਸੂਈਆਂ ਨੇ ਤਾਂ ਉਹ ਆਪਾਂ ਨੂੰ ਲਗਭਗ ਜੇ ਆਪਾਂ ਮੰਨੀਏ ਡੇਢ ਬੱਚਾ ਇੱਕ ਬੱਕਰੀ ਦਾ ਮੰਨਦੇ ਹਾਂ ਜੀ ਆਪਾਂ, ਡੇਢ ਬੱਚਾ ਆਪਾਂ ਇੱਕ ਬੱਕਰੀ ਦਾ ਮੰਨਦੇ ਹਾਂਗੇ। ਇਹ ਡੇਢ ਬੱਚਾ ਤਾਂ ਮੰਨਿਆ ਬਾਈ, ਕੋਈ ਦੋ ਵੀ ਦਿੰਦੀ ਆ, ਕੋਈ ਇੱਕ ਵੀ ਦਿੰਦੀ ਆ, ਹੈ ਨਾ ਮਾਸਟਰ ਜੀ? ਜੇ ਆਪਾਂ ਸਰ ਇੱਥੇ ਪਹਿਲੀ ਦੋ ਮੰਨ ਲਾਂਗੇ, ਤਿੰਨ ਮੰਨ ਲਾਂਗੇ, ਇਸ ਵਿੱਚ ਆਪਾਂ ਨੂੰ ਜ਼ਿਆਦਾ ਬੱਚੇ ਆ ਜਾਣਗੇ। ਆਪਾਂ ਮੰਨ ਕੇ ਚੱਲਿਆ ਵੀ ਆਪਾਂ ਨੂੰ ਦੋ ਬੱਕਰੀਆਂ, ਤਿੰਨ ਬੱਚੇ ਦੇਣਗੀਆਂ, ਤਿੰਨ ਬੱਚੇ ਦੇਣਗੀਆਂ, ਠੀਕ ਹੈ। ਇਹ ਮੰਨ ਕੇ ਚੱਲਣਾ ਵੀ ਦੋ ਬੱਕਰੀਆਂ ਨੇਗੀਆਂ, ਤਿੰਨ ਬੱਚੇ ਉਹਦੇ ਆਪਾਂ ਆਉਣਗੇ, ਉਹਦੀ ਕਮਾਈ ਆਪਾਂ ਦੇਖਣੀ ਹੈ, ਠੀਕ ਹੈ। ਤਾਂ ਮੰਨ ਕੇ ਚੱਲੋ ਵੀ ਆਪਾਂ ਡੇਢ ਬੱਚਾ ਮੰਨਦੇ ਹਾਂ ਤਾਂ ਆਪਣੇ ਕੋਲ ਲਗਭਗ ਇਹ ਮੰਨ ਕੇ ਚੱਲੋ ਆ ਗਏ ਜੀ 135 ਬੱਚੇ, 135 ਬੱਚੇ ਤੁਹਾਡੇ ਕੋਲ 90 ਬੱਕਰੀਆਂ ਨੇ ਦੇ ਤੇ, ਠੀਕ ਹੈ, ਠੀਕ ਆ। ਉਸ ਤੋਂ ਬਾਅਦ ਅੱਗੇ ਜੇ ਆਪਾਂ ਗੱਲ ਕਰੀਏ 3 ਸਾਲ ਦੀ, ਕਿਉਂਕਿ 2 ਸਾਲਾਂ ਦੇ ਵਿੱਚ ਆਪਾਂ ਨੂੰ 3 ਸੂਏ ਆਉਂਦੇ ਆ, 2 ਸਾਲਾਂ ਦੇ ਵਿੱਚ ਇੱਕ ਬੱਕਰੀ ਆਪਾਂ ਨੂੰ 3 ਸੂਏ ਦਿੰਦੀ ਆ, ਤਾਂ 3 ਸੂਏ ਦੀ ਗੱਲ ਕਰਾਂਗੇ ਆਪਾਂ, ਠੀਕ ਹੈ। ਇੱਕ ਮਤਲਬ ਸੂਏ ਦੇ ਵਿੱਚ ਆਪਣੇ ਕੋਲ 135 ਆ ਗਏ, ਤੇ 3 ਸੂਇਆਂ 'ਚ ਕਿੰਨੇ ਆ ਗਏ? 405 ਬਣ ਗਏ, 405 ਮਤਲਬ ਆਪਣੇ ਕੋਲ ਜਿਹੜੇ ਇਹ ਤੁਹਾਡੇ ਕੋਲ ਮਤਲਬ ਬੱਚੇ ਆ ਗਏ 3 ਸਾਲਾਂ ਦੇ, 3 ਸਾਲਾਂ ਦੇ, 3 ਸਾਲਾਂ ਦੇ, 3 ਸਾਲਾਂ ਦੇ ਵਿੱਚ, ਠੀਕ ਆ। 3 ਸਾਲਾਂ ਦੇ ਵਿੱਚ ਆਪਣੇ ਕੋਲ 3 ਸੂਈਆਂ ਦੇ ਹੋ ਗਏ, 2 ਸਾਲ ਹੋ ਗਏ, 2 ਸਾਲ ਹੋ ਗਏ, 3 ਸੂਏ ਹੋ ਗਏ, 2 ਸਾਲ ਹੋ ਗਏ, 2 ਸਾਲ ਹੋ ਗਏ ਤੇ 3 ਸੂਏ ਹੋ ਗਏ, ਠੀਕ ਹੈ, ਠੀਕ ਹੈ। 2 ਸਾਲ 3 ਸੂਈਆਂ ਦੇ ਵਿੱਚ ਆਪਣੇ ਕੋਲ 405 ਬੱਚੇ ਆਪਾਂ ਨੂੰ ਡੇਢ ਦੇ ਹਿਸਾਬ ਨਾਲ ਆਪਣੇ ਕੋਲ ਆ ਗਏ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੁੰਦਾ ਗਾ, 405 ਦੇ ਵਿੱਚੋਂ ਕੁਛ ਬੱਚਿਆਂ ਦੀ ਡੈਥ ਵੀ ਹੁੰਦੀ, ਇਹ ਨਹੀਂ ਹੈਗਾ ਵੀ 405 ਦੇ 5 ਹੀ ਆਪਣੇ ਪੂਰ ਚੜ੍ਹਨਗੇ, ਠੀਕ ਆ। ਤਾਂ ਘੱਟੋ ਘੱਟ ਮੰਨ ਕੇ ਚੱਲੋ ਜੇਕਰ 405 ਦੀ ਆਪਾਂ ਗੱਲ ਕਰੀਏ, ਤਾਂ ਇਹਦੇ ਵਿੱਚ 10% ਜਿਹੜੀ ਆ ਉਹ ਡੈਥ ਦੇ ਹੋਊਗੀ ਇਹਨਾਂ ਦੀ, ਜਿਹੜੀ ਆਪਾਂ ਬਚਾ ਨਹੀਂ ਸਕਦੇ ਕਿਸੇ ਕਾਰਨ ਕਰਕੇ, ਠੀਕ ਆ। ਇੰਨੀ ਕੁ ਹੋ ਜਾਂਦੀ ਆ, ਠੀਕ, ਇੰਨੀ ਕੁ ਆਊਗੀ ਇਹਦੇ ਵਿੱਚ। ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ 40 ਤੋਂ 45 ਜਿਹੜੇ ਬੱਚੇ ਹੈਗੇ, 40 ਤੋਂ 45 ਬੱਚੇ ਤੁਹਾਡੇ ਜਿਹੜੇ ਇਹਦੇ ਵਿੱਚੋਂ ਡੈਥ ਜਾਂ ਕਿਸੇ ਵੀ ਕਾਰਨ ਬਿਮਾਰੀ ਕਰਕੇ ਉਹ ਮਰ ਜਾਣਗੇ। ਤਾਂ ਉਸ ਤੋਂ ਬਾਅਦ ਜੇਕਰ ਤੁਹਾਡੇ ਆਪਾਂ ਅੱਗੇ ਗੱਲ ਕਰੀਏ, 40-45 ਬੱਚੇ ਕੱਢਾਂਗੇ ਤਾਂ 360 ਤੁਹਾਡੇ ਕੋਲ ਜਿਹੜੇ ਮਤਲਬ ਬੱਚੇ ਆ ਗਏ, ਕਿੰਨੇ ਸਾਲਾਂ 'ਚ? 2 ਸਾਲਾਂ ਦੇ ਵਿੱਚ, 2 ਸਾਲ 'ਚ। ਅਤੇ ਜੇਕਰ ਆਪਾਂ 2 ਸਾਲ ਦੇ ਆ ਗਏ, ਹੁਣ 1 ਸਾਲ ਦੇ ਮੰਨੀਏ ਆਪਾਂ, ਤਾਂ 1 ਦੇ ਬਣ ਗਏ 180। 1 ਸਾਲ ਦੇ ਬੱਚੇ ਆ ਗਏ ਆਪਣੇ ਕੋਲ ਕਿੰਨੇ? 180। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਕੋਲ 90 ਬੱਕਰੀਆਂ ਨੇ, ਅਤੇ 90 ਬੱਕਰੀ ਆਪਾਂ ਨੂੰ 1 ਸਾਲ ਦੇ 180 ਬੱਚੇ ਦੇਣਗੇ, ਠੀਕ ਹੈ। ਅਤੇ 80 ਬੱਚਿਆਂ ਦੀ ਤੁਸੀਂ ਅੱਗੇ ਜੇਕਰ ਉਹਨੂੰ ਮਤਲਬ ਅੱਗੇ ਆਪਾਂ ਕਮਾਈ ਦੇ ਰੂਪ ਦੇ ਵਿੱਚ ਦੇਖੀਏ, ਤਾਂ ਤੁਸੀਂ ਮੰਨ ਕੇ ਚੱਲੋ ਤੁਹਾਡੇ ਜਿਹੜੇ ਬੱਚੇ ਹੈਗੇ ਉਹ ਕਮਾਈ ਦੀ ਆਪਾਂ ਜੇਕਰ ਗੱਲ ਕਰੀਏ, 180 ਨੂੰ ਤੁਸੀਂ ਮੰਨ ਲਓ ਚੱਲੋ ਜੇ ਮਾਰਕੀਟ ਦਾ ਆਮ ਰੇਟ ਲਾਈਏ ਤਾਂ 5-6 ਹਜ਼ਾਰ ਦਾ ਬੱਚਾ ਤਾਂ ਹੈਗਾ ਹੀ ਆ, ਜੇ ਤੁਹਾਡੀ ਚੰਗੀ ਗਰੋਥ ਹੈਗੀ ਉਹ 7-8 ਹਜ਼ਾਰ ਤੱਕ ਹੀ ਬੱਚਾ ਵਿਕ ਜਾਂਦਾ ਗਾ, ਜੇ ਆਪਾਂ 7.5-7 ਹਜ਼ਾਰ ਦਾ ਬੱਚਾ ਵੀ ਲਾਈਏ ਤਾਂ ਵੀ ਮੰਨ ਕੇ ਚੱਲੋ ਵੀ ਉਹ 13.5 ਲੱਖ ਦਾ, ਅੱਛਾ, ਇੱਕ ਮਤਲਬ ਮੰਨ ਕੇ ਚੱਲੀਏ ਜੇ ਕਦੀ ਕਮਾਈ ਲਾਈਏ ਆਪਾਂ 7500 ਦੇ ਹਿਸਾਬ ਨਾਲ, ਤਾਂ ਵੀ ਇਹ ਬੱਚਾ ਤੁਹਾਡਾ ਬਣ ਗਿਆ 13,50,000 ਅਲੱਗ ਬਣਾ ਦਾਂਗੇ।
ਤਾਂ ਪਰ ਅੱਜ ਮੇਨ ਆਪਣਾ ਜਿਹੜਾ ਤੁਹਾਨੂੰ ਮੇਨ ਆਪਣਾ ਟੌਪਿਕ ਸੀਗਾ ਵੀ ਕਿਹੜੀ ਬਰੀਡ 'ਤੇ ਕੰਮ ਕਰੀ, ਜੇਕਰ ਤੁਸੀਂ ਆਹ ਬਰੀਡ 'ਤੇ ਕੰਮ ਕਰੋਗੇ ਤਾਂ ਤੁਸੀਂ 180 ਬੱਚੇ ਲਗਭਗ ਸਾਲ ਦੇ ਪਾ ਸਕਦੇ ਹਾਂ ਆਪਾਂ, 2 ਸਾਲ ਜਾਂ ਕੋਈ 360 ਬੱਚੇ ਆਉਣਗੇ ਆਪਾਂ ਨੂੰ ਕਲੀਅਰ ਹੋ ਗਿਆ ਵੀ ਜਿਹੜੀ ਵੱਡੀ ਬਰੀਡ ਆ ਗਈ ਠੀਕ ਹੈ ਜਿਹੜੇ ਲਿਖੀਆਂ ਨੇ ਉਹਨਾਂ ਤੋਂ ਆਪਾਂ ਨੂੰ ਇੰਨੀ ਮਤਲਬ ਬੱਚੇ ਆਉਣਗੇ ਠੀਕ ਆ। ਅੱਗੇ ਤੁਹਾਡੀ ਉਹਦੀ ਬਰੀਡ 'ਤੇ ਕੰਮ ਕਰਦਾ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੀ ਕੋਲ ਬਰੀਡ ਆਈ ਆ ਜਾਂ ਉਹਨੇ ਕਿੰਨਾ ਤੁਸੀਂ ਸਾਂਭ ਸੰਭਾਈ ਆ, ਕਿੰਨਾ ਬੱਚਿਆਂ ਦਾ ਵੇਟ ਗਿਆ ਗਾ, ਉਹਦੇ ਨਾਲ ਤੁਹਾਡੇ ਨਾਲ ਕਮਾਈ ਜਿਹੜੀ ਮਤਲਬ 3.5 ਤੋਂ ਹੀ ਵੱਧ ਸਕਦੀ ਹੈ, ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ। ਜੇ ਹੁਣ ਤੁਹਾਡੇ ਬੱਚੇ ਹੀ ਜ਼ਿਆਦਾ ਮਾੜੇ ਨੇ, ਤੁਸੀਂ ਕਮਜ਼ੋਰ ਨੇ ਬੱਚੇ, ਤਾਂ ਉਹ ਬੱਚੇ ਜਿਹੜੇ ਨਹੀਂ 7,000 8 ਦੇ ਵਿਕਦੇ ਤਾਂ ਉਹ 5-4 ਦੇ ਵੀ ਵਿਕ ਸਕਦੇ, 10,000 ਦੇ ਬੱਚਾ ਵੇਚ ਸਕਦੇ ਹੋ, ਤੁਹਾਡੀ ਉਹ ਨਿਰਭਰ ਕਰਦਾ ਸੇਵਾ 'ਤੇ। ਤੁਸੀਂ ਮੰਨ ਕੇ ਚੱਲੋ ਜੇ ਵੀ ਘੱਟਦਾ ਵੀ ਆ ਤਾਂ ਵੀ ਤੁਸੀਂ 10 ਲੱਖ ਮੰਨ ਕੇ ਚੱਲੋ, ਹਾਂ 10 ਲੱਖ ਮੰਨ ਕੇ ਉਹ ਤੁਹਾਡੀ ਮੰਨ ਕੇ ਚੱਲੋ ਆਪਾਂ ਕਹਿੰਦੇ ਵੀ ਉਹ ਤੁਹਾਡੀ ਮਿਹਨਤ 'ਤੇ ਅੱਗੇ ਠੀਕ ਹੈ। ਪਰ ਆਪਾਂ ਜਿਹੜਾ ਅੱਜ ਮੇਨ ਆਪਣਾ ਪਰਪਸ ਸੀਗਾ ਉਹ ਇਹ ਸੀ ਵੀ 100 ਸਾਲ ਦੇ ਵੀ 180 ਬੱਚੇ ਆਉਣਗੇ ਆਪਾਂ ਨੂੰ ਵੱਡੀ ਬਰੀਡ ਦੇ, 2 ਸਾਲਾਂ ਦੇ ਵਿੱਚ ਆਪਾਂ ਨੂੰ 360 ਬੱਚੇ ਆਉਣਗੇ 3 ਸੂਈਆਂ ਦੇ ਵਿੱਚ, 3 ਸੂਈਆਂ ਦੇ ਠੀਕ ਆ। ਹੁਣ ਆਪਾਂ ਇਹਦਾ ਕਨਸੈਪਟ ਸੀਗਾ ਵੱਡੀ ਬਰੀਡ ਦਾ, ਹੁਣ ਆਪਾਂ ਜੇ ਗੱਲ ਕਰੀਏ ਛੋਟੀ ਬਰੀਡ ਦੀ, ਛੋਟੀ ਬਰੀਡ ਦੇ ਵਿੱਚ ਵੀ ਉਵੇਂ ਇੱਕ ਕਨਸੈਪਟ ਹੈਗਾ, ਜੇਕਰ ਆਪਾਂ 100 ਬੱਕਰੀ ਤੋਂ ਸ਼ੁਰੂ ਕਰਦੇ ਹਾਂ, 100 ਬੱਕਰੀ ਤੋਂ ਸ਼ੁਰੂ ਕਰਦੇ ਹਾਂ ਤਾਂ ਇਹਦੇ ਵਿੱਚ ਵੀ ਉਵੇਂ ਜ਼ਿਕਰੀ ਹੈਗਾ ਕਿ ਤੁਹਾਨੂੰ 90 ਬੱਕਰੀਆਂ ਹੀ ਜਿਹੜੀਆਂ ਰਹਿ 10% ਕੀ ਹੋਜੂਗਾ ਨਹੀਂ ਸੁਣਦੀਆਂ, ਨਹੀਂ ਸੁਣਦੀ ਉਹ ਵੀ ਉਸੇ ਵਾਲੀ ਗੱਲ ਹੀ ਹੈ ਮੇਨ, ਹਰੇਕ ਦੇ ਵਿੱਚ ਹੀ ਇਹ ਸਾਇੰਟੀਫਿਕ ਤਰੀਕਾ ਕੋਈ ਇਹ ਆਪਣੇ ਮਨਘੜਤ ਤਰੀਕੇ ਨਾਲ ਬਣਾਇਆ ਵੀ 90 ਬੱਕਰੀਆਂ ਆਪਣੇ ਕੋਲ ਆਪਾਂ ਜੇ ਗੱਲ ਮੰਨ ਕਰੀਏ, 90 ਦੀ ਗੱਲ ਕਰੀਏ ਤਾਂ ਘੱਟੋ ਘੱਟ, ਕਿਉਂਕਿ ਇਹ ਕੀ ਚੱਕਰ ਹੈਗਾ ਇਹਦੇ ਵਿੱਚ ਜਿਹੜੀ ਇਹ ਛੋਟੀ ਬਰੀਡ ਆ ਇਹ ਮੰਨ ਕੇ ਚੱਲੋ ਵੀ 2-4 ਬੱਚੇ ਆਮ ਦਿੰਦੀਆਂ ਨੇ ਠੀਕ ਹੈ, ਇਹਨਾਂ 'ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ, 2 ਬੱਚਿਆਂ ਦੀ ਗਿਣਤੀ ਆਮ ਹੀ ਹੁੰਦੀ ਹੈ, ਆਮ ਹੁੰਦੀ ਆ, ਜ਼ਿਆਦਾਤਰ ਬਰਬਰੀ ਬੱਕਰੀਆਂ ਕਹਿੰਦੇ 2 ਜਾਂ 3 ਬੱਚੇ ਆਮ ਹੀ ਦਿੰਦੀਆਂ ਨੇ ਤਾਂ 4-4 ਤੱਕ ਵੀ ਦਿੰਦੀਆਂ ਨੇਗੀਆਂ। ਛੋਟੀ ਬਰੀਡ ਦਾ ਇਹ ਫਾਇਦਾ ਗਾ ਇਹਦੇ ਵਿੱਚ ਆਪਾਂ 2 ਬੱਚੇ ਮੰਨ ਕੇ ਚੱਲਾਂਗੇ, ਅੱਛਾ 2 ਹੀ ਮੰਨਾਂਗੇ 2 ਹੀ ਮੰਨਾਂ ਕਿਉਂਕਿ ਆਪਣੇ ਕੋਲ 3 ਵੀ ਜਾਂਦੀਆਂ 4 ਵੀ ਦਿੰਦੀਆਂ ਨੇ, 4 ਵੀ ਦਿੰਦੀਆਂ ਇਸ ਕਰਕੇ ਆਪਾਂ ਇੱਧਰ ਇਹ 3 ਤੱਕ ਦਿੰਦੇ ਨੇ ਆਪਾਂ 1.5 ਮੰਨਿਆ ਅੱਧ ਮੰਨਿਆ, ਇੱਧਰ 4 ਤੱਕ ਜਾਂਦੀਆਂ ਨੇ ਆਪਾਂ 2 ਮੰਨੇ ਆ, 2 ਮੰਨੇ ਆ, ਤਾਂ ਇਹਦਾ ਮੰਨ ਕੇ ਆਪਣੇ ਕੋਲ 2 ਦੇ ਹਿਸਾਬ ਨਾਲ 180 ਬੱਚੇ ਜਿਹੜੇ ਉਹ ਆਪਣੇ ਕੋਲ ਆ ਗਏ ਇੱਕ ਸੂਏ ਦੇ ਵਿੱਚ ਆ ਗਏ ਠੀਕ ਹੈ ਜੀ, ਇੱਕ ਸੂਏ ਦੇ ਵਿੱਚ ਆ ਗਏ। ਜੇਕਰ ਹੁਣ ਇਹਨੂੰ ਆਪਾਂ 3 ਸੂਇਆਂ ਦੀ ਗੱਲ ਕਰੀਏ, 3 ਗੁਣਾ ਕਰੀਏ 180 ਨੂੰ ਠੀਕ ਹੈ, ਗੁਣਾ ਤਾਂ 540 ਆ ਗਏ। ਇਹ ਵੀ ਸੂਆ ਹੀ ਬਰਾਬਰੀ ਹੁੰਦਾ ਵੱਡੀ ਬੱਕਰੀ ਦਾ ਇਹਨਾਂ ਦਾ, ਹਾਂ 5 ਮਹੀਨੇ ਦੀ, 5 ਮਹੀਨੇ ਸੇਮ ਜਿਹੜਾ ਪੀੜ ਹੈਗਾ ਉਹ ਸੇਮ ਹੀ ਹੁੰਦਾ ਆਪਣਾ, ਉਹਦੇ ਵਿੱਚ ਕੋਈ ਸਮੱਸਿਆ ਨਹੀਂ, ਉਹ ਸੇਮ ਹੀ ਹੈ ਬਿਲਕੁਲ। ਅਤੇ ਹੁਣ ਜੇਕਰ ਆਪਾਂ ਇਹਦੀ ਗੱਲ ਕਰੀਏ 580 ਆ ਗਏ ਤਾਂ ਇਹਦੇ ਵਿੱਚੋਂ 10% ਆ ਜਿਹੜੇ ਉਹ ਕੇਸ ਹੈਗੀ ਡੈਥ ਵੀ ਹੋਊ, ਤਾਂ ਇਸ ਦੇ ਨਾਲ ਇਹ ਛੋਟੀ ਬਰੀਡ ਨੂੰ ਮਿਲਣ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਬਰਬਰੀ ਨੂੰ ਬਿਮਾਰੀ ਘੱਟ ਪੈਂਦੀ ਹੈ ਨਾ, ਹਾਂ ਘੱਟ ਪੈਂਦੀ ਹੈ ਬਿਮਾਰੀ, ਤਾਂ ਇਹਦੇ ਵਿੱਚ ਮੰਨ ਕੇ ਚੱਲੋ ਵੀ ਆਪਾਂ ਕਰ ਰਹੇ ਹਾਂ 50 ਤੋਂ 60 ਬੱਚੇ ਜਿਹੜੇ ਉਹਦੀ ਡੈਥ ਹੋ ਜੂਗੀ ਲਗਭਗ, ਹੋ ਜੂਗੀ 10% ਲਾਈਏ ਆਪਾਂ, ਤਾਂ ਆਪਣੇ ਕੋਲ 480 ਆ ਗਏ, 480 ਬੱਚੇ ਆ ਗਏ, 480 ਬੱਚੇ ਆਪਣੇ ਕੋਲ 3 ਸੂਈਆਂ ਦੇ ਵਿੱਚ ਆ ਗਏ, 3 ਸੂਈਆਂ ਦੇ ਵਿੱਚ 3 ਸੂਈਆਂ ਦੇ ਵਿੱਚ 2 ਸਾਲ ਮਤਲਬ 2 ਸਾਲ ਦੇ ਨਾਲ 2 ਸਾਲ ਅਤੇ ਇਹ ਆ ਗਏ। ਉਦੋਂ ਬਾਅਦ ਜੇਕਰ ਆਪਾਂ 2 ਸਾਲ 'ਤੇ 3 ਸੂਏ ਲੈ ਲਏ ਆਪਾਂ 480 ਬੱਚੇ ਆਪਣੇ ਕੋਲ ਆ ਗਏ, ਡੈਥ ਵੀ ਆਪਾਂ ਇਹਦੇ 'ਚੋਂ ਕੱਢਤੀ ਠੀਕ ਆ। ਉਸ ਤੋਂ ਬਾਅਦ ਜੇਕਰ ਅੱਗੇ ਇਹਦੀ ਆਪਾਂ ਗੱਲ ਕਰੀਏ 480 ਨੂੰ ਠੀਕ ਆ, ਅੱਗੇ ਗੱਲ ਕਰੀਏ ਤਾਂ 1 ਸਾਲ ਦੇ ਕਿੰਨੇ ਆ ਗਏ, 240 ਬੱਚੇ 240 ਅਤੇ 1 ਸਾਲ ਦੇ ਵਿੱਚ, 1 ਸਾਲ ਦੇ ਵਿੱਚ ਇਹ ਆ 1 ਸਾਲ ਦੇ ਆ ਗਏ ਠੀਕ ਆ, ਆ ਗਏ ਆਪਣੇ 2 ਸਾਲ ਦੇ। ਹੁਣ ਤੁਹਾਨੂੰ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ 2 ਸਾਲ ਦੇ ਵਿੱਚ ਇਹ ਆਪਾਂ ਨੂੰ 140 ਬੱਚੇ 480 ਬੱਚੇ ਦੇਊਗੀ, 1 ਸਾਲ ਦੇ ਕਿੰਨੇ ਆ ਗਏ, 240 ਬੱਚੇ। ਹੁਣ ਤੁਸੀਂ ਆਪਾਂ ਇੱਥੇ ਅੰਦਾਜ਼ਾ ਲਾ ਸਕਦੇ ਹਾਂ ਛੋਟੀ ਬਰੀਡ ਆ ਜਿਹੜੀ ਉਹਦੀ ਬੱਚੇ ਦੇਣ ਦੀ ਗਿਣਤੀ ਜ਼ਿਆਦਾ ਉਹਦੀ, ਹਾਂ ਜੇ ਆਪਾਂ ਮੀਟ 'ਤੇ ਕੰਮ ਕਰਨਾ, ਮੀਟ 'ਤੇ ਕੰਮ ਕਰਨਾ ਨਾ, ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਜੇ ਤੁਸੀਂ ਮੀਟ ਪਰਪਜ਼ ਦੇ ਲਈ ਕੰਮ ਕਰਨਾ ਗਾ, ਮੀਟ 'ਤੇ ਕੰਮ ਕਰਨਾ ਗਾ, ਤਾਂ ਤੁਸੀਂ ਛੋਟੀ ਬਰੀਡ 'ਤੇ ਕੰਮ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਜੀ। ਜੇ ਤੁਸੀਂ ਕੱਲ੍ਹ ਨੂੰ ਕੋਈ ਦੁੱਧ ਦੇ ਉੱਤੇ ਕੰਮ ਕਰਨਾ ਗਾ, ਦੁੱਧ ਦੇ ਲਈ ਕੰਮ ਕਰਨਾ ਗਾ, ਤਾਂ ਤੁਹਾਨੂੰ ਵੱਡੀ ਬੱਕਰੀ ਦੀ ਹੀ ਚੋਣ ਕਰਨੀ ਪਊਗੀ।
ਵੱਡੀ ਬੱਕਰੀ ਹੀ ਚੋਣ ਕਰਨੀ ਪਊ। ਘੱਟੋ ਘੱਟ 3 ਤੋਂ 4 ਲੀਟਰ ਬੱਕਰੀ ਦੁੱਧ ਦੇਊਗੀ ਤਾਂ ਹੀ ਆਪਾਂ ਸਕਸੈਸ ਹੋ ਸਕਦੇ ਹਾਂ ਆਪਣੇ ਕਾਰੋਬਾਰ ਦੇ ਵਿੱਚ। ਤੇ ਜਿਵੇਂ ਇਹ ਵੱਡੀ ਬੱਕਰੀ ਦੁੱਧ ਦੇਣ ਦੀ ਸਮਰੱਥਾ ਜ਼ਿਆਦਾ ਹੈ ਨਾ, ਤਾਂ ਉਹਦੇ ਵਿੱਚ ਉਹ ਦੁੱਧ ਦਾ ਵੀ ਉਹ ਹੋਊਗਾ, ਗਿਣਤੀ ਜੁੜੂਗੀ ਪੈਸੇ, ਉਹਦਾ ਅਲੱਗ ਆ ਜੀ, ਉਹ ਅਲੱਗ ਆ। ਉਹ ਤਾਂ ਇਹ ਤਾਂ ਆਪਾਂ ਅੱਜ ਵੱਡੀ ਬਰੀਡ ਦੇ ਵਿੱਚ ਫਰਕ ਦੱਸਣ ਦੇ ਨਹੀਂ ਹੈਗਾ। ਅੱਛਾ ਠੀਕ ਆ। ਆਪਾਂ ਜੇਕਰ ਇਹਦੀ ਗੱਲ ਕਰੀਏ ਵੀ ਕਮਾਈ ਕਿਵੇਂ, ਉਹ ਤਾਂ ਕਮਾਈ ਤਾਂ ਅਲੱਗ ਟੋਪਗਾ, ਉਹ ਆਪਾਂ ਅਲੱਗ ਤੋਂ ਬਣਾਉਂਦੇ ਅਲੱਗ ਤੋਂ ਬਣਾਵਾਂਗੇ ਆਪਾਂ। ਇਹ ਤਾਂ ਕੱਲੀ ਆਪਣੀ ਵੱਡੀ ਤੇ ਛੋਟੀ ਬਰੀਡ ਦੇ ਵਿੱਚ ਅੰਤਰ ਦੱਸਿਆ ਵੀ ਆਪਾਂ ਕਿਹੜੀ ਕੰਮ ਕਰ ਸਕਦੇ ਹਾਂ, ਕਿੰਨੇ ਬੱਚੇ ਦੇਊਗੀ ਤੇ ਇਹਦੀ ਵੀ ਕਮਾਈ ਦੱਸੋ ਜੀ ਬੱਚਿਆਂ ਦੀ। ਇਹਦੇ ਵਿੱਚ ਤੁਸੀਂ ਲਾਲੋ ਸਾਹਿਬ ਹੁਣ 240 ਬੱਚੇ ਆਪਣੇ ਕੋਲੇ ਆਇਆ ਗਏ ਇੱਕ ਸਾਲ ਦੇ ਵਿੱਚ, ਇੱਧਰ ਕਿੰਨੇ ਆਏ ਆਪਣੇ ਕੋਲੇ ਇੱਕ ਸਾਲ 'ਚ 180। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਫਰਕ, ਕਿੰਨਾ ਫਰਕ ਪੈ ਗਿਆ। ਲਗਭਗ 60 ਬੱਚੇ ਆਪਣੇ ਕੋਲੇ ਛੋਟੀ ਬਰੀਡ ਦੇ ਜ਼ਿਆਦਾ ਆਏ ਨੇਗੇ ਮੀਟ ਪਰਪਜ਼ ਦੇ ਆਪਾਂ ਕੰਮ ਕਰਦੇ ਹਾਂ। ਮੀਟ ਮਤਲਬ ਇਹੀ ਹੁੰਦਾ ਜੀ, ਹੁਣ ਇਹਦੀ ਜਿਵੇਂ 'ਚ ਆਪਾਂ 13 ਲੱਖ ਕੁਛ ਰੁਪਈਏ ਕੀਤੇ ਸੀ ਨਾ ਕਮਾਈ ਸਾਲ ਦੀ, ਇਹਦੀ ਵੀ ਲਾਇਓ ਜੀ ਮਾੜੀ ਜੀ ਕਿੰਨੀ ਹੋਜੂ ਇਹਦੀ। ਸਰ ਇਹ ਹੈ ਵੀ ਇੱਕ ਕੁ ਜੇਕਰ ਮੀਟ ਪਰਪਜ਼ ਦੀ ਗੱਲ ਕਰੀਏ, ਅਗਰ ਤੁਸੀਂ 4-5 ਮਹੀਨੇ ਬੱਚਾ ਕਰਕੇ ਵੇਚਦੇ ਹੋ, ਠੀਕ ਆ, 25-30 ਕਿਲੋ ਦਾ, ਤਾਂ ਤਾਂ ਤੁਸੀਂ ਮੰਨ ਕੇ ਚੱਲੋ ਵੀ 4,000 ਦਾ ਬੱਚਾ ਵੀ ਆਪਾਂ ਲਾਉਣੇ ਆ, ਤਾਂ ਵੀ ਤੁਹਾਡੇ ਕੋਲ ਮੰਨ ਕੇ ਚੱਲੋ ਵੀ ਆਪਣਾ 9,60,000 ਦੀ 9,60,000 ਦੀ, ਹਾਂ 9-10 ਲੱਖ ਦੇ ਲਗਭਗ ਕਮਾਈ ਹੋ ਜੂਗੀ ਇਧਰੋਂ, ਹੋ ਜੂਗੀ ਹੈ ਨਾ, ਵੀ ਬਰਾਬਰੀ ਹੈਗਾ। ਮੈਂ ਤਾਂ ਜੇਕਰ ਕਹੀਏ ਵੀ ਮਾੜੀ ਨਹੀਂ ਹੈਗੀ, ਜੇ ਮੀਟ ਤੇ ਕੰਮ ਕਰਦੇ ਆਪਾਂ 4,000 ਦਾ ਬੱਚਾ ਲਾਉਣੇ ਆ, 240 ਦਾ 40 ਲਾਉਣੇ ਆ, ਤਾਂ ਜੇ ਆਪਾਂ 4,000 ਦਾ ਬੱਚਾ ਲਾਈਏ ਗੱਲ ਕਰੀਏ, ਤਾਂ ਵੀ ਤੁਹਾਡੇ 240 ਬੱਚੇ ਮਤਲਬ 9,60,000 ਦੇ ਹੋ ਗਏ, 9,60,000 ਦੇ ਹੋ ਗਏ, ਤਾਂ ਮੰਨ ਕੇ ਚੱਲੋ ਵੀ 10 ਕੁ ਲੱਖ ਰੁਪਈਆ ਕਮਾਈ ਇਹ ਤੁਸੀਂ ਸਾਲ ਭਰ ਦੀ ਕੱਢ ਸਕਦੇ ਉਹਦੇ ਵਿੱਚੋਂ, ਛੋਟੀ ਬਰੀਡ 'ਚੋਂ ਵੀ, ਛੋਟੀ ਬਰੀਡ 'ਚੋਂ ਵੀ, ਠੀਕ ਹੈ ਵੀ ਆਪਾਂ ਮਾੜੀ ਬਰੀਡ ਨਹੀਂ ਕਹਿ ਸਕਦੇ, ਪਰ ਕਹਿਣ ਦਾ ਭਾਵ ਕਿ ਵੀ ਇਹਦੇ ਕੋਲ ਦੁੱਧ ਦੇਣ ਦੀ ਸਮਤਾ ਘੱਟ ਹੁੰਦੀ ਆ, ਬੱਚੇ ਪਾਲਦੀਆਂ ਨੇ, ਬੱਚੇ ਪਾਲਦੀਆਂ ਨੇਗੀਆਂ, ਠੀਕ ਆ। ਤਾਂ ਇਸ ਲਈ ਇਹ ਮਤਲਬ ਅੱਜ ਆਪਣਾ ਜਿਹੜਾ ਮੇਨ ਟੌਪਿਕ ਸੀ ਇਹੀ ਸੀਗਾ ਮੇਰੇ ਬੱਕਰੀ ਪਾਲਕ ਵੀਰਾਂ ਦੇ ਲਈ। ਜਦੋਂ ਵੀ ਉਹਨਾਂ ਨੇ ਕੰਮ ਕਰਨਾ, ਉਹਨਾਂ ਨੂੰ ਪਹਿਲਾਂ ਇਹ ਦਿਮਾਗ ਦੇ ਵਿੱਚ ਸੋਚਣਾ ਪਊਗਾ ਵੀ ਅਸੀਂ ਕਿਹੜੀ ਬਰੀਡ 'ਤੇ ਕੰਮ ਕਰੀਏ, ਠੀਕ ਹੈ। ਆਪਾਂ ਉਸ ਦੇ ਵਿੱਚੋਂ ਹੀ ਉਹਨਾਂ ਨੂੰ ਆਪਾਂ ਕੱਢਣ ਦੇ ਲਈ ਅਜੇ ਮਤਲਬ ਜਿਹੜੀ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਸੀਗਾ ਵੀ ਛੋਟੀ ਬਰੀਡ ਕਿਹੜੀ ਹੁੰਦੀ ਆ ਅਤੇ ਵੱਡੀ ਕਿਹੜੀ ਹੁੰਦੀ ਆ, ਇਹ ਛੋਟੀ ਅਤੇ ਵੱਡੀ ਬਰੀਡ ਅੰਤਰ ਦੱਸਿਆ ਅਤੇ ਕਿੰਨੇ ਉਹ ਬੱਚੇ ਦੇਊਗੀ ਅਤੇ ਕਿੰਨੀ ਕੁ ਤੁਹਾਨੂੰ ਤਾਂ ਕਮਾਈ ਹੋ ਸਕਦੀ ਆ। ਤਾਂ ਇਹ ਮੇਨ ਆਪਣਾ ਅੱਜ ਮਕਸਦ ਸੀਗਾ, ਠੀਕ ਆ। ਅਤੇ ਅਗਲੇ ਆਪਾਂ ਜਿਹੜੀ ਕੋਈ ਨਵਾਂ ਟੌਪਿਕ 'ਤੇ ਵੀਡੀਓ ਬਣਾਵਾਂਗੇ ਆਪਾਂ ਆਉਣ ਸਮੇਂ ਦੇ ਵਿੱਚ, ਉਹ ਆਪਣਾ ਮੇਨ ਮਕਸਦ ਹੁੰਦਾ ਗਾ ਵੀ ਜਿਹੜੇ ਮੇਰੇ ਬੱਕਰੀ ਪਾਲਕ ਵੀਰ ਨੇਗੇ ਉਹ ਯੂਟਿਊਬ ਦੇ ਉੱਪਰੋਂ ਦੇਖਦੇ ਜ਼ਰੂਰ ਨੇਗੇ, ਪਰ ਉਹ ਵੀਡੀਓ ਨੂੰ ਜ਼ਰੂਰ ਸ਼ੁਰੂ ਤੱਕ ਦੇਖਿਆ, ਘੰਟੇ ਤੱਕ ਦੇਖਿਆ ਕਰੋ, ਕਿਉਂਕਿ ਦੇਖ ਕੇ ਅੱਧ ਵਿਚਾਲੇ ਦੇਖ ਕੇ ਤਾਂ ਸਿੱਟਾ ਤਾਂ ਐਂਡ ਦੇ ਜਾ ਕੇ ਨਿਕਲੂਗਾ ਤਾਂ, ਜੇ ਕੋਈ ਆਪਾਂ ਉਹਦਾ ਸਿੱਟਾ ਕੱਢਣਾ ਗਾ ਤਾਂ ਉਹ ਸਿੱਟਾ ਤਾਂ ਜਦੋਂ ਵੀਡੀਓ ਪੂਰੀ ਦੇਖਿਆ ਫਿਰ ਨਿਕਲੂਗਾ, ਫਿਰ ਹੀ ਨਿਕਲੂ, ਫਿਰ ਹੀ ਪਤਾ ਲੱਗੂ। ਪਹਿਲੀ ਉਹਦਾ ਮਤਲਬ ਮੂਹਰੋਂ ਟ੍ਰੇਲਰ ਦੇਖ ਕੇ ਹੀ ਕਹਿ ਦਿੰਦੇ ਜੀ ਇਸ ਤਾਂ ਵੀਡੀਓ ਦੇਖ ਲਈ, ਜਾਂ ਦੇਖਦੇ ਨਹੀਂ ਪੂਰੀ, ਤਾਂ ਇਸ ਕਰਕੇ ਜਦੋਂ ਵੀ ਆਪਾਂ ਵੀਡੀਓ ਦੇਖਣੀ ਪੂਰੀ ਦੇਖੋ ਤਾਂ ਕਿ ਤੁਹਾਡੇ ਜਰਨਲ 'ਚ ਵਾਧਾ ਹੋਵੇ, ਠੀਕ ਹੈ। ਆਪਣਾ ਮੇਨ ਮਕਸਦ ਜਿਹੜੀ ਆਪਣੇ ਮਤਲਬ ਸਾਡੇ ਕੋਲ ਕੋਈ ਵੀ ਅਸੀਂ ਫਾਰਮ 'ਤੇ ਆਪਦਾ ਕੋਈ ਪ੍ਰੈਕਟੀਕਲ ਕਰਦੇ ਹਾਂ, ਮੇਰੇ ਵੀਰਾਂ ਨਾਲ ਅਸੀਂ ਉਹੀ ਸਾਂਝਾ ਕਰਦੇ ਹਾਂ, ਠੀਕ ਆ ਮਾਸਟਰ ਜੀ। ਅਤੇ ਬਾਈ ਤੁਸੀਂ ਹੁਣ ਆਪਦਾ ਜਿਹੜਾ ਹਿਸਾਬ ਕਿਤਾਬ ਆ ਉਹ ਦੇਖ ਸਕਦੇ ਹੋ ਵੀ ਵੱਡੀ ਬਰੀਡ 'ਤੇ ਕੰਮ ਕਰਨਾ ਜਾਂ ਛੋਟੀ 'ਤੇ ਕਰਨਾ, ਕਮਾਈ ਦੋਨਾਂ ਦੇ ਵਿੱਚੋਂ ਬਰਾਬਰ ਆ, ਪਰ ਜਿਹੜੀ ਵੱਡੀ ਬਰੀਡ ਆ ਉਹ ਦੁੱਧ ਦੀ ਕਮਾਈ ਉਹ 'ਚੋਂ ਅਲੱਗ ਆ, ਛੋਟੀ ਬਰੀਡ ਇਹ ਦੁੱਧ ਦੇਣ ਦੀ ਸਮਰੱਥਾ ਘੱਟ ਆ, ਇਹ ਬੱਚੇ ਪਾਲਦੀ ਆ, ਅਤੇ ਵੱਡੀ ਬਰੀਡ ਬੱਚੇ ਪਾਲਣ ਦੇ ਨਾਲ ਤੁਹਾਨੂੰ ਦੁੱਧ ਦੀ ਕਮਾਈ ਵੀ ਉਹ ਹੋਊਗੀ, ਉਹ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਤਾਂ ਸਾਰੇ ਵੀਰਾਂ ਦਾ ਧੰਨਵਾਦ, ਮਾਸਟਰ ਜੀ ਤੁਹਾਡਾ ਵੀ ਧੰਨਵਾਦ, ਜਿਹੜੀ ਇਹ ਕੀਮਤੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਧੰਨਵਾਦ ਸਰ।